ਪਸਤੋਲ ਚਸਤੋਲ ਤੇ ਬੈਟਰੀ ਰੈਡੀ ਹੋ ਗਈ ਆ ਤੇ ਅਜ਼ਾਨਾ ਸ਼ਾਨਾ ਹੋ ਗਿਆ ਨੂਨ ਜੁਲੇ ਆ ਗਿਦਰੇ ਮਾਰਨ ਤੇ ਹਾਂਜੀ ਬਿਲਕੁਲ ਮਾਰ ਭੈਣ ਤੇ ਮਾਰ ਭਰਾ ਐਗਜ਼ੈਕਟ ਲੋਕੇਸ਼ਨ ਤੇ ਪੁੱਜੇ ਆ ਤੇ ਇੱਥੋਂ ਅਸੀਂ ਦੱਸਣੇ ਆ ਸਾਰਾ ਏਰੀਆ ਇੱਥੇ ਗਿੱਦਰ ਹਾਂਜੀ ਅਜ਼ਰਿਆਂ ਤੱਕ ਸਕਦੇ ਹਾਂ ਮੱਛੀ ਖਾਣ ਆਏ ਆ ਮਾਰ ਤਲੀ ਮੱਛੀ ਖਾਸਾਂ ਲਾਲ ਚਾਟ ਸ਼ਾਟ ਵੀ ਖਾ ਸਕਦੇ ਹਾਂ ਮਾੜੀ ਚਾਟ ਆ ਗਈ ਆ ਖਾਣੇ ਆ ਬਾਕੀ ਹੁਣ ਚਾਟ ਹਾਂਜੀ ਬਿਲਕੁਲ ਮਾਰ ਭੈਣ ਦੇ ਮਾਰ ਭਰਾ ਕਿਹਾ ਸਾਰੇ ਬੰਦੇ ਠੀਕ ਹੋ ਅਲਹਮਦੁਲਿਲਾ ਸਾਹਿਬ ਠੀਕ ਠਾਕ ਆ ਸ਼ਾਮ ਦਾ ਟਾਈਮ ਹੈ ਤੇ ਰੋਜ਼ ਇੱਧਰ ਆਉਣੇ ਸਨ ਕਰਾਲ ਗਿੱਦਰ ਬਾੜੀਆਂ ਬੁਨ ਤੇ ਰੂਣਾ ਛੂਣਾ ਬੂਹ ਮਾਣੇ ਜਾਨਾ ਛਿਲਾ ਜਲਾਵਣ ਤੇ ਅੱਜ ਪ੍ਰੋਗਰਾਮ ਹੈ ਕੋਈ ਜੁਲੀਏ ਆਪਣੀ ਬਿੱਲੀ ਕੀ ਲੈ ਕੇ ਤੇ ਲਾਲ ਪਸਤੌਲ ਵੀ ਖੜੀ ਹੈ ਕਜ਼ਨ ਵੀ ਹੈ ਸਪੈਨ ਉਹਨਾਂ ਕੀ ਲਾ ਲਏ ਸ਼ੌਕ ਹੈ ਸ਼ਿਕਾਰ ਹੈ ਨਾ ਤੇ ਕੋਈ ਇੱਕ ਦੋ ਗਿੱਦਰ ਹੀ ਮਾੜਾ ਵੀ ਹੈ ਤੇ ਬਾਕੀ ਹੁਣ ਸੂਰਜ ਗਰੂਪ ਹੋਣੇ ਆ ਲੈ ਤੇ ਬਾਕੀ ਹੁਣ ਡੀਕਣੇ ਆ ਜਾਨਾ ਕੀ ਜਾਨਾ ਹੋਣ ਤੇ ਫਿਰ ਪਸਤੌਲ ਸ਼ਸਤੌਲ ਲੈ ਕੇ ਗਿੱਦਰ ਸ਼ਿੱਦਰ ਮਾੜੀਏ ਤਾਂ ਉਹ ਵੀ ਸੁਣੀ ਦੱਸਣੇ ਆ ਜਾ ਕੇ ਹਾਂਜੀ ਬਾਲ ਬੱਤੀਆਂ ਠੀਕ ਹੋ ਬਣਾਉਣ ਲਿਆ ਸਨ ਤੇਰੇ ਨਾਲ ਗਰੁੱਪ ਤੰਗਾ ਨੱਥ ਨਹੀਂ ਪਈ ਤਾਣੇ ਨਸੀ ਨੱਥ ਬਾਲ ਅਬ ਤੰਗਾ ਨਹੀਂ ਆਪਣੇ ਛਟਿਆ ਨੇ ਹੋਣ ਹਾਂਜੀ ਉਸ ਨਾਲ ਬਾਲ ਬੱਤੀਆਂ ਸਭ ਠੀਕ ਹੋ ਬੈਟਰੀ ਰੈਡੀ ਹੋ ਗਈ ਆ ਤੇ ਜਾਨਾ ਸ਼ਾਨਾ ਹੋ ਗਿਆ ਨੂਨ ਜੁਲੇ ਆ ਗਿੱਦਰੇ ਮਾੜੇ ਨੇ ਤੇ ਬਾਕੀ ਕੁੱਤੇ ਨੀ ਖੜੇ ਕਿਉਂ ਕਿ ਕੁੱਤੇ ਕਾਬੂ ਨੀ ਹੋਣੇ ਪਹਿਲਾ ਦਿਹਾੜਾ ਵੈ ਆਏ ਹਾਲੀ ਤੱਕ ਸੁਣਸਾਂ ਕਿਹੜੀ ਸਾਈਡ ਹੋਣੇ ਗਿੱਦਰ ਕਿ ਨਹੀਂ ਤੇ ਬਾਕੀ ਫਿਰ ਇਨਸ਼ਾਅੱਲਾ ਫਿਰ ਕੁਦਰਾ ਆਇਆ ਤੇ ਫਿਰ ਕੁੱਤਿਆਂ ਹੀ ਖਰਸਾਂ ਬਾਕੀ ਜੁਲਨੇ ਆ ਤੇ ਉੱਥੇ ਜਾ ਕੇ ਅਸੀਂ ਦੱਸਣੇ ਆ ਜੀ ਹਾਂਜੀ ਬਿਲਕੁਲ ਮਾਰ ਭੈਣ ਤੇ ਮਾਰ ਭਰਾ ਐਗਜ਼ੈਕਟ ਲੋਕੇਸ਼ਨ ਤੱਕ ਪੁੱਜੇ ਆ ਤੇ ਇੱਥੋਂ ਅਸੀਂ ਦੱਸਣੇ ਆ ਸਾਰਾ ਏਰੀਆ ਇੱਥੇ ਗਿੱਦਰ ਹਾਂਜੀ ਹਾਂਜੀ ਬਿਲਕੁਲ ਮਾਰ ਭੈਣ ਤੇ ਮਾਰ ਭਰਾ ਉਹ ਐਸ਼ ਕ੍ਰੈਸ਼ ਹੈ ਤੇ ਇਸਨੇ ਟੱਕੀ ਉੱਪਰ ਆ ਗਏ ਆ ਤੇ ਇੱਥੋਂ ਹੁਣ ਤੱਕਣੇ ਆ ਕੋਈ ਗਿੱਦਰ ਸ਼ਿੱਦਰ ਦਿਸਣਾ ਤਾਂ ਮਾਰਨੇ ਆ ਬਾਕੀ ਕੋਈ ਭਾਈ ਬਾਲਣ ਲੈ ਕੇ ਆਨਣ ਲੈ ਰਹੇ ਦਰਿਆ ਬਾਕੀ ਉਹ ਸਾਹਮਣੇ ਜਿਹੜਾ ਹੈ ਅਸੀਂ ਕਮਰਾ ਦਿਸ ਰਿਹਾ ਇਸਨੇ ਲਾਲ ਸੂਟ ਵੀ ਹੈ ਜੀ ਇੱਥੇ ਵੀ ਅਸਾਂ ਇੱਕ ਵਾਰ ਸ਼ਿਕਾਰ ਕੀਤਾ ਸੀ ਤੇ ਬਾਕੀ ਹੁਣ ਤੱਕਣੇ ਆ ਗਿੱਦਰ ਰਾਤ ਚੜ੍ਹਨੇ ਨਹੀਂ ਆਉਣੀ ਹਾਂਜੀ ਬਿਲਕੁਲ ਮਾਰ ਭੈਣ ਤੋਂ ਮਾਰ ਭਰਾ ਵਾਪਸ ਜਾਣੇ ਆ ਘਰ ਲੈ ਗਿੱਦਰ ਅੱਜ ਕੋਈ ਨਹੀਂ ਬੋਲੇ ਨਹੀਂ ਤਾਂ ਰੋਜ਼ ਰਾਤੀ ਬੋਲਣੇ ਹੋਣੇ ਸਨ ਅਸਾਂ ਨੇ ਇੱਧਰ ਫਸਲਾਂ ਲਾਉਣੇ ਹੋਣੇ ਸਨ ਮਚਾਉਣੇ ਹੋਣੇ ਸਨ ਜਾਂ ਬਾਕੀ ਹੁਣ ਤੁਸੀਂ ਨਾ ਮੋੜ ਹੈ ਜਾਣੀ ਲੈਟ ਸ਼ੈਟ ਮਾਰਨੇ ਜਾ ਸਾਵਾਂ ਤਾਂ ਕੋਈ ਲਿਕੜੀ ਆਵੇ ਹਾਂਜੀ ਬਿਲਕੁਲ ਮਾਰ ਭੈਣ ਤੋਂ ਮਾਰ ਭਰਾ ਸ਼ਿਕਾਰ ਹੈ ਤੂੰ ਆ ਗਿਆ ਤਾਂ ਹੁਣ ਜੁਲਿਆ ਮਗਲਾ ਕੋਈ ਸੌਦਾ ਆਉਣਾ ਸੀ ਤਾਂ ਹੁਣ ਜੁਲਿਆ ਮਗਲਾ ਸੌਦਾ ਲੈਣ ਤੇ ਉਹ ਦੱਸਣੇ ਅੱਜ ਉੱਥੇ ਜਾ ਕੇ ਹਾਂਜੀ ਬਿਲਕੁਲ ਮਾਰ ਭੈਣ ਤੋਂ ਮਾਰ ਭਰਾ ਉਹ ਸਮਾਨ ਲੈ ਲਏ ਥੋੜ੍ਹਾ ਸਾਰੀ ਸਮਾਨ ਨਹੀਂ ਹੁੰਦਾ ਵਾ ਜਿਹੜਾ ਜ਼ਰੂਰਤ ਸੀ ਬਾਕੀ ਲੈ ਮਾਰ ਭੈਣ ਤੋਂ ਮਾਰ ਭਰਾ ਉਹ ਚੀਜ਼ਾਂ ਜਿਹਾ ਲੈ ਲਈਆਂ ਨੂਣ ਮਗਲਾ ਅੱਡੇ ਤਾਂ ਜਾਂ ਚਾਰ ਤੱਕ ਸਕਣੇ ਉਹ ਤੋੜ ਅੱਗੇ ਤੱਕ ਸਾੜੀਆਂ ਦੁਕਾਨਾਂ ਇੱਥੇ ਹਰ ਚੀਜ਼ ਹੀ ਮਿਲ ਜਾਸੀ ਮੱਛੀ ਛੱਛੀ ਚਾਟ ਸ਼ਾਟ ਹਰ ਚੀਜ਼ ਮਿਲ ਜਾ ਸੀ ਅਸਾਂ ਇਸ ਦੁਕਾਨਾਂ ਤਾਂ ਖਾਣੇ ਪੀਣੇ ਤਾਂ ਤਾਂ ਚਾਟ ਖਾਣੇ ਦਾ ਜੀ ਸਾਰਾ ਕੁਝ ਪਏ ਆ ਜੀ ਹਾਂਜੀ ਨਾਜ਼ਰਿਆਂ ਤੱਕ ਸਕਦੇ ਮੱਛੀ ਖਾਣਾ ਆ ਮਾਸ ਤਲੀ ਮੱਛੀ ਖਾਸਾਂ ਲਾਲ ਚਾਟ ਸ਼ਾਟ ਵੀ ਖਾਸਾਂ ਬਾਕੀ ਇੱਧਰ ਰਸ਼ ਬੜਾ ਜੀ ਸੈਡ ਸਾੜੀ ਆ ਵਾਂ ਮਗਲਾ ਨਹੀਂ ਹੱਸਦਾ ਰਾਤੀ ਦਰਾਵਣੀ ਹੋਣੀ ਆ ਹਾਂਜੀ ਬਿਲਕੁਲ ਮਾਰ ਭੈਣ ਤੋਂ ਮਾਰ ਭਰਾਵਾ ਤੱਕ ਸਕਦੇ ਹਾਂ ਮਾੜੀ ਚਾਟ ਆ ਗਈ ਆ ਖਾਣੇ ਆ ਬਾਕੀ ਹੁਣ ਚਾਟ ਹਾਂਜੀ ਨਾਜ਼ਰੀਨ ਹੁਣ ਅਸੀਂ ਇਸ ਫੂਡ ਚਾਹ ਸਟ੍ਰੀਟ ਮਾਰਕੀਟ ਨਾਲ ਵਿਜ਼ਿਟ ਕਰਾਉਣੇ ਆ ਤੇ ਦਾ ਜੀ ਗਰਮ ਸਰ ਯਖਣੀ ਵੇਚਣੇ ਨੇ ਇੱਧਰ ਮੱਛੀ ਹੈ ਜੀ ਤੱਕ ਸਕਦੇ ਹਾਂ ਮੱਛੀ ਇੱਧਰ ਟੁੱਕਣ ਲਏ ਨੇ ਮਗਲਾ ਡੈਮ ਨੇ ਸਪੈਸ਼ਲ ਮੱਛੀ ਹੈ ਇੱਧਰ ਬਾਕੀ ਚਾਟਾਂ ਸ਼ਾਟਾਂ ਦੀ ਦੁਕਾਨ ਹੈ ਜੀ ਇਹ ਵੀ ਚਾਟਾਂ ਨਹੀਂ ਅੰਡੇ ਵਾਲੇ ਬਰਗਰ ਨਹੀਂ ਦੁਕਾਨ ਹੈ ਤੇ ਇੱਥੇ ਮਾਸ਼ਾਅੱਲਾ ਜੀ ਪਰਿੰਦੇ ਸ਼ਰਿੰਦੇ ਵੀ ਹੈ ਨਾ ਪਰਿੰਦੇ ਵੀ ਇੱਥੇ ਵੇਚਣੇ ਜੀ ਕਬੂਤਰ ਤਿੱਤਰ ਛਿੱਤਰ ਹੈ ਦਾ ਤੱਕ ਸਕਣੇ ਹੋ ਜੀ ਬਾਕੀ ਇੱਥੇ ਚਿਕਨ ਕੜਾਹੀ ਵੀ ਮੌਜੂਦ ਹੈ ਤੱਕ ਸਕਣੇ ਹੋ ਇਹ ਵੀ ਚਾਟ ਸ਼ਾਟ ਦੁਕਾਨ ਹੈ ਮੱਛੀਆਂ ਛੱਠੀਆਂ ਦੀ ਦੁਕਾਨਾਂ ਨੇ ਇੱਥੇ ਇਹ ਵੀ ਚਾਟਾਂ ਦੀ ਦੁਕਾਨ ਹੈ ਜੀ ਮਾਸ਼ਾਅੱਲਾ ਇੱਥੇ ਬਹੁਤ ਮਜ਼ੇ ਨੇ ਚਾਟ ਮਿਲਣੀ ਹੈ ਦੁਕਾਨਾਂ 'ਤੇ ਜੀ ਬਾਕੀ ਉੱਥੇ ਕਬਾਬ ਸ਼ਬਾਬ ਤਲਣ ਲਏ ਜੀ ਇਹ ਵੀ ਚਾਟਾਂ ਦੀ ਇਸਨੇ ਲਾ ਲਈ ਇਹ ਵੀ ਚਾਟਾਂ ਦੀ ਦੁਕਾਨ ਹੈ ਬਹੁਤ ਬੜੀ ਮਾਰਕੀਟ ਹੈ ਅਤੇ ਗੋਲਗੱਪੇ ਵੀ ਇੱਥੇ ਹਨ ਅਤੇ ਮੈਂ ਸਾਰੇ ਲੋਕਾਂ ਨੂੰ ਮਸ਼ਵਰਾ ਦੇਣਾ ਸਾਰੇ ਥਾਓ ਇਸ ਮਾਰਕੀਟ ਨਾਲ ਜ਼ਰੂਰ ਵਿਜ਼ਿਟ ਕਰੋ ਹਰ ਚੀਜ਼ ਖਾਣੇ ਵਾਲੀ ਮਿਲਣੀ ਹੈ ਅਤੇ ਵੱਲ ਮਜ਼ੇ ਨਹੀਂ ਹੋਣੀ ਹੈ ਜੀ ਬਾਕੀ ਇਹ ਵੀ ਅੱਗੇ ਚਾਟ ਸ਼ਾਟ
ਮੱਛੀ ਸ਼ੱਛੀ ਫਰਾਈ ਕਰਕੇ ਦੇਣੇ ਨੇ ਤੇ ਹੋਰ ਕਬਾਬ ਸ਼ਬਾਬ ਨਾਨ ਪਕੌੜੇ ਸਮੋਸਿਆਂ ਦੀਆਂ ਵੀ ਦੁਕਾਨਾਂ ਹੈ ਨਾ ਤੱਕ ਸਕਦੇ ਬਾਕੀ ਅੱਗ ਸ਼ੱਗ ਵੀ ਬਾਲੀਆਂ ਨੇ ਨਾਨ ਬਣਾਉਣ ਲਏ ਜੀ ਹਾਂਜੀ ਨਾਜ਼ਰੀਨ ਇੱਥੇ ਲੋਕ ਜ਼ਰੂਰ ਵਿਜ਼ਿਟ ਕਰੇ ਇਸ ਮਾਰਕੀਟ ਨਾਲ ਇੱਥੇ ਮਾਸ਼ਾਅੱਲਾ ਮੱਛੀ ਮਗਲਾ ਡੈਮ ਨਹੀਂ ਬੜੀ ਤਾਜ਼ੀ ਮਾਸ਼ਾਅੱਲਾ ਬੜੇ ਮਜ਼ੇ ਨੂੰ ਮਿਲਣੀ ਹੈ ਇਹ ਤੱਕ ਸਕਦੇ ਜੀ ਮੱਛੀ ਇੱਥੇ ਸਾਰਾ ਸਾਫ ਮਾਹੌਲ ਹੈ ਕੋਈ ਇੱਥੇ ਗੰਦਗੀ ਸ਼ੰਦਗੀ ਨਹੀਂ ਸਹੀ ਸਾਫ ਇੱਥੇ ਜਗ੍ਹਾ ਬਣਾਈਆਂ ਨੇ ਮੱਛੀ ਮਸਾਲਾ ਲਾ ਕੇ ਰੱਖੇ ਆ ਤੱਕ ਸਕਦੇ ਹੋਏ ਸਾਫ ਦੀਆਂ ਮੱਛੀਆਂ ਤੇ ਇੱਥੇ ਮਾਰਕੀਟ ਨਾਲ ਜ਼ਰੂਰ ਵਿਜ਼ਿਟ ਕਰੋ ਮਾਸ਼ਾਅੱਲਾ ਸਾਫ ਜਗ੍ਹਾ ਗਰਮੀਆਂ ਜਿੱਥੇ ਬੜਾ ਰਸ਼ ਹੋਣਾ ਹੈ ਲੋਕ ਉੱਧਰ ਬਾਹਰ ਬਹਿ ਕੇ ਖਾਣੇ ਨੇ ਉੱਧਰ ਬਹਿਣੇ ਵਾਲੀ ਜਗ੍ਹਾ ਵੀ ਬਣਾਈਆਂ ਨੇ ਬਹੁਤ ਨਾਜ਼ਰੀਨ ਇੱਧਰ ਬਹਿਣੇ ਛਹਿਣੇ ਜਗ੍ਹਾ ਹੈ ਤੱਕ ਸਕਦੇ ਬੰਦੇ ਛੰਦੇ ਬੈਠੇ ਨੇ ਉੱਧਰ ਵੀ ਕੁਰਸੀਆਂ ਸ਼ੁਰਸੀਆਂ ਲੱਗੀਆਂ ਨੇ ਫੈਮਲੀ ਵਾਲੀ ਜਗ੍ਹਾ ਹੈ ਸਾਈਡ ਗੱਡੀਆਂ ਦੀ ਪਾਰਕਿੰਗ ਪਾਰਕਿੰਗ ਵੀ ਹੈ ਇੱਧਰ ਵੀ ਤੱਕੋ ਸਾਰੀ ਸਾਈਡ ਇੱਧਰ ਕੁਰਸੀਆਂ ਲੱਗੀਆਂ ਲੱਗਿਆ ਇੱਧਰ ਵੀ ਆਵਾਮ ਬੈਠੀ ਹੈ ਗਰਮੀਆਂ 'ਚ ਇੱਥੇ ਸਹੀ ਮਾਹੌਲ ਬਣਦੇ ਹੋਣਾ ਗਰਮੀਆਂ ਸਾਰੇ ਬੰਦੇ ਦਰਬਾਰ ਬੈਠੇ ਹੋਣੇ ਨੇ ਹੁਣ ਸਰਦੀ ਹੈ ਇਸ ਮੌਸਮਾਂ 'ਚ ਤਾਂ ਲੋਕ ਅੰਦਰ ਬਣੇ ਬਾਕੀ ਗਰਮੀਆਂ ਸਾਰੇ ਬੰਦੇ ਦਰਬਾਰ ਬੈਠੇ ਹੋਣੇ ਜੀ ਇੱਥੇ ਬਾਹਰ ਰਸ਼ ਹਾਂਜੀ ਨਾਜ਼ਰੀਨ ਘਰ ਪੁੱਜੇ ਹਾਂ ਗੱਡੀ ਖਲਾਸ ਹੋਈ ਹੈ ਅਤੇ ਬਾਕੀ ਕਮੈਂਟ ਬਾਕੀ ਬਾਏ ਕਿਹੜੀ ਜਗ੍ਹਾ ਤੇ ਨੇ ਇਹ ਮਾਰਕੀਟ ਇੱਥੇ ਵਾਲੇ ਬੰਦੇ ਪਤਾ ਜੇ ਦੂਰੋਂ ਵੀਡੀਓ ਤੱਕਣੇ ਉਹਨੇ ਨਾ ਪਤਾ ਸੀ ਇਹ ਜੀ ਮਗਲਾ ਬੱਸ ਸਟਾਪ ਤਾਂ ਵੈ ਬਾਕੀ ਇਹ ਦੁਕਾਨਾਂ ਇੱਥੇ ਬਹੁਤ ਸੋਹਣਾ ਮਾਹੌਲ ਬਣਾਇਆ ਨੇ ਗਰਮੀਆਂ 'ਚ ਵੀ ਸਾਰਾ ਸੈਟਅਪ ਇੱਥੇ ਇੰਨਾ ਬਣਾਇਆ ਹੋਣਾ ਮੱਛੀ ਵੀ ਤਾਜ਼ੀ ਮਗਲਾ ਡੈਮ ਨਹੀਂ ਪੋੜ ਕੇ ਦੇਣੇ ਨੇ ਅਤੇ ਉਮੀਦ ਕਰਨੇ ਆ ਕਿ ਅਸੀਂ ਅਸਾਂ ਨਾਲ ਇੰਨਾ ਵਲੋਗ ਅੱਛਾ ਲੱਗਾ ਸੀ ਦੇ ਅੱਛਾ ਲੱਗਾ ਤਾਂ ਅਸਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਅਤੇ ਅਗਲੇ ਮਿਲਣੇ ਆ ਜੀ ਅਗਲੇ ਵਲੋਗ 'ਚ